ਅੱਜ ਸਾਨੂੰ ਨਹੀਂ ਪਤਾ ਵੀ ਕਿਸਾਨਾਂ ਦੀ ਹੜਤਾਲ ਹੈ, ਜਿਸ ਕਰਕੇ ਕਿ ਮਾਰਕੀਟਾਂ ਖੁੱਲ੍ਹੀਆਂ ਸੀਗੀਆਂ, ਲਹਿਰਾ ਗਾਗਾ ਮੰਡੀ ਵੀ ਖੁੱਲ੍ਹੀ ਹੈ ਅਤੇ ਸੁਨਾਮ ਦੀ ਮੰਡੀ ਵੀ ਖੁੱਲ੍ਹੀ ਹੈ, ਟੋਹਾਣਾ ਦੀ ਮੰਡੀ ਵੀ ਖੁੱਲ੍ਹੀ ਹੈ। ਅਸੀਂ ਉੱਥੋਂ ਆਪਣਾ ਫਰੂਟ ਲੈ ਕੇ ਆਏ ਜਿਹੜਾ ਕਿ ਬਤੌਰ ਮਹਾਰਾਸ਼ਟਰ ਤੋਂ ਆਉਂਦਾ, ਅਸੀਂ ਅੰਬ ਕੇਲਾ ਲੈ ਕੇ ਆ ਰਹੇ ਹਾਂ। ਇੱਥੇ ਕਿਸਾਨਾਂ ਨੇ ਆ ਕੇ ਸਾਨੂੰ ਘੇਰ ਲਿਆ, ਨਹਿਰ ਉੱਪਰ ਨਹਿਰ ਉੱਪਰ ਘੇਰਿਆ, ਤਾਂ ਉਹਨਾਂ ਨੇ ਗੱਡੀ ਨੂੰ ਕਿਹਾ ਵੀ ਅਸੀਂ ਲੈ ਕੇ ਜਾਵਾਂਗੇ ਅਤੇ ਮਾਲ ਸੁੱਟਾਂਗੇ ਅਤੇ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਸੀਂ ਇਹ ਕਹਿੰਦੇ ਹਾਂ, ਪੰਜਾਬ ਸਰਕਾਰ ਨੂੰ ਕਹਿੰਦੇ ਹਾਂ ਵੀ ਜੋ ਇਹਨਾਂ ਦੀਆਂ ਮੰਗਾਂ ਉਹ ਆਪਦੇ ਹੱਕਾਂ ਵਾਸਤੇ ਲੜਨ, ਪਰ ਜੇ ਸਬਜ਼ੀ ਕਿਸਾਨ ਦੇ ਘਰੋਂ ਆਉਂਦੀ ਹੈ, ਕੋਈ ਕਿਸੇ ਰਜਵਾੜੇ ਜਾਂ ਸ਼ਾਹੂਕਾਰ ਦੀ ਫੈਕਟਰੀ ਵਿੱਚੋਂ ਨਹੀਂ ਆਉਂਦੀ, ਇਹ ਜੋ ਵੀ ਸਬਜ਼ੀ ਹੈ ਜਾਂ ਫਲ ਹੈ ਕਿਸਾਨ ਦੇ ਘਰੋਂ ਆਉਂਦਾ, ਜੇ ਕਿਸਾਨ ਮੰਡੀ ਵਿੱਚ ਲੈ ਕੇ ਆਉਂਦਾ ਤਾਂ ਹੀ ਅਸੀਂ ਕਾਸ਼ਤਕਾਰ ਅੱਗੇ ਵੇਚਦੇ ਹਾਂ। ਅਤੇ ਇਹ ਹੈ, ਅਸੀਂ ਮੰਗ ਇਹ ਕਰਦੇ ਹਾਂ ਜੋ ਇਹਨਾਂ ਦਾ ਆਪਣਾ ਮਿਸ਼ਨ ਆ ਉਹ ਚਲਾਉਣ, ਬਾਜ਼ਾਰ ਦੇ ਵਿੱਚ ਨਾ ਦੁੱਧ ਲੈ ਕੇ ਆਉਣ, ਨਾ ਸਬਜ਼ੀ ਲੈ ਕੇ ਆਉਣ। ਮੈਂ ਫਰੂਟ ਦਾ ਕੰਮ ਕਰਦਾ ਜੀ, ਆਪਣਾ ਰਾਮੇ ਬਾਈ ਕੋਈ ਤੇ ਲਹਿਰਾ ਗਾਗਾ। ਮੈਂ ਬਾਹੂ ਫਰੂਟ ਲੈ ਕੇ ਆਇਆ ਸੀਗਾ ਜੀ, ਉਹਦਾ ਮੇਰੇ ਕੋਲ ਲਾਇਸੈਂਸ ਵੀ ਹੈਗਾ ਬਾਹਰੋਂ ਲਿਆਉਣ ਦਾ, ਮਾਲ ਵੇਚ ਸਕਦਾ ਮੈਂ, ਖਰੀਦ ਸਕਦਾ ਗਾ। ਮੈਂ ਮਾਲ ਲੈ ਕੇ ਆਇਆ ਸੀਗਾ, ਮੇਰੀ ਪਹਿਲਾਂ ਗੱਡੀ ਰਸਤੇ ਖਰਾਬ ਹੋ ਗਈ, 11 ਵਜੇ 12 ਵਜੇ ਮੈਂ ਪਹੁੰਚਿਆਗਾ, ਆਉਂਦੀ ਮੈਨੂੰ ਇੱਥੇ ਬਾਈਪਾਸ ਦੇ ਘੇਰੇ ਇਹਨਾਂ ਨੇ, ਮੇਰੇ ਕੋਈ ਦੇ ਘੇਰ ਲਈ ਗੱਡੀ ਹੈ ਮੇਰੀ, ਇਹ ਕਿਸਾਨ ਯੂਨੀਅਨ ਵਾਲੇ ਨੇ ਜੀ। ਇਹ ਕਹਿੰਦੇ ਵੀ ਤੂੰ ਬਾਹਰੋਂ ਮਾਲ ਨਹੀਂ ਲਿਆ ਸਕਦਾ ਹੈਗਾ, ਵੀ ਹੜਤਾਲ ਹੈ ਕਿ ਤੈਨੂੰ ਪਤਾ ਨਹੀਂ ਹੈਗਾ। ਮੈਂ ਇਹ ਕਹਿਣਾ ਚਾਹੁੰਦਾ ਜੀ, ਮੇਰੇ ਨਾਲ ਇਨਸਾਫ ਹੋਵੇ ਜੀ, ਵੀ ਮੇਰੇ ਨਾਲ ਸ਼ਰੇਆਮ ਧੱਕਾ ਕੀਤਾ ਗਿਆ ਹੈਗਾ, ਸ਼ਰੇਆਮ ਜ਼ਬਰਦਸਤੀ ਕੀਤੀ ਗਈ ਆ, ਗੱਡੀ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਇਹਨਾਂ ਨੇ, ਹਰ ਤਰ੍ਹਾਂ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈਗੀ। ਇਹ ਤਾਂ ਜੇ ਮੇਰੀ ਮਾਰਕੀਟ ਨਾ ਹੁੰਦੀ ਮੇਰੇ ਨਾਲ, ਤਾਂ ਅੱਗ ਲਾਉਣ ਨੂੰ ਤਿਆਰ ਸੀ ਗੱਡੀ ਨੂੰ। ਉੱਧਰ ਤਾਂ ਇਹ ਲੜਕੀ ਮੇਰੇ ਪਿੰਡ ਦੀ ਸੀ, ਵੀਰਪਾਲ ਕੌਰ, ਤਕਰੀਬਨ ਵਿਆਹ ਨੂੰ 1.5-2 ਸਾਲ ਹੋ ਗਏ ਇਹਨਾਂ ਨੂੰ, ਅਤੇ ਲੜਕਾ ਸੀ ਜਿਹੜਾ ਖੋਖਰ ਖੁਰਦ ਦਾ, ਅਤੇ ਕੋਈ ਇਹਨਾਂ ਦਾ ਝਗੜਾ ਨਹੀਂ ਸੀ ਸਾਡੇ ਤਾਂ ਸਮਝ ਸੁਣਨ 'ਚ ਆਈ, ਨਾ ਪਿਛਲੇ ਪਰਿਵਾਰ 'ਚੋਂ ਨਾ ਅਗਲੇ ਪਰਿਵਾਰ 'ਚੋਂ। ਕੋਈ ਜਿਹੜੀ ਗੱਲ ਲੱਗਦੀ ਹੈ ਅਸੀਂ ਕੁਦਰਤੀ ਤੌਰ 'ਤੇ ਆ ਕੇ ਦੇਖਿਆ, ਮਤਲਬ ਵੈਸੇ ਤਾਂ ਰੱਬ ਨੂੰ ਪਤਾ ਵੀ ਕੀ ਹੋਇਆ ਇਹਨਾਂ ਨੂੰ ਕੀ ਨਹੀਂ, ਕਿ ਮੀਆਂ ਬੀਬੀ ਕਿਤੇ ਰਾਤ ਨੂੰ ਕੁਦਰਤ ਵੱਲੋਂ ਆਪ 'ਚ ਕੋਈ ਝਗੜਾ ਹੋਇਆ, ਸੌਂ ਗਏ, ਕੂਲਰ ਲੱਗਿਆ ਦੇਖਿਆ, ਲੜਕੀ ਰਾਤ ਨੂੰ ਉੱਠੀ ਉਹਨੇ ਸੁਈਸਾਈਡ ਕਰ ਲਿਆ, ਅਤੇ ਜਦੋਂ ਕਿਤੇ ਲੜਕੇ ਨੂੰ ਜਾਗ ਆਈ ਹੋਊ ਉਹਨੇ ਭੱਜ ਕੇ ਦੇਖਿਆ ਵੀ ਲੜਕੀ ਸੁਈਸਾਈਡ ਕਰ ਗਈ। ਹਾਂ, ਚੁੰਨੀ ਗਲ 'ਚ ਪਾ ਕੇ ਪੱਖੇ ਨਾਲ ਫਸਾ ਲਿਆ ਸੀ, ਗਾਡੀ ਨਾਲ ਅਤੇ ਕੁਰਸੀਆਂ ਕੋਲ ਪਈਆਂ ਸੀ, ਹਾਂ ਪੱਖੇ ਨਾਲ, ਉਹ ਮੁੰਡੇ ਦਾ ਮੱਖਣ ਦਾ, ਮੁੰਡੇ ਦਾ ਨਾਮ ਮੱਖਣ। ਅਸੀਂ ਤਾਂ ਜੀ 174 ਦੀ ਕਾਰਵਾਈ ਕਰਾਈ ਹੈ, ਖੁਦਾ ਨਖਾਸਤਾ ਸਾਨੂੰ ਕੱਲ੍ਹ ਨੂੰ ਪਤਾ ਲੱਗ ਜਾਂਦਾ ਵੀ ਇਹ ਫਲਾਣੇ ਬੰਦੇ ਦੀ ਸ਼ਰਾਰਤ ਹੈ, ਫਿਰ ਤਾਂ ਅਸੀਂ ਉੱਤੇ ਪਰਚਾ ਦੇਵਾਂਗੇ, ਅਤੇ ਜੇ ਮਤਲਬ ਸਾਨੂੰ ਲੱਗਦਾ ਵੀ ਨਹੀਂ ਕੋਈ ਕੁਦਰਤੀ ਗੱਲ ਹੈ ਇਹ, ਤਾਂ ਫਿਰ ਅਸੀਂ 174 ਦੀ ਕਾਰਵਾਈ ਕਰਾਤੀ ਵੀ ਅਸੀਂ ਕੋਈ ਕਾਰਵਾਈ ਨਹੀਂ, ਅਜੇ ਫਿਲਹਾਲ ਕੋਈ ਕਾਰਵਾਈ ਨਹੀਂ ਕਰਨੀ ਚਾਹੁੰਦੇ, ਬਾਅਦ 'ਚ ਕਰਾਂਗੇ। 4 ਕੁ ਮਹੀਨਿਆਂ ਦਾ ਲੜਕੀ ਦਾ ਬੱਚਾ ਵੀ ਹੈ ਜੀ, ਹਾਂ ਉਹ ਜਿਹੜੀ ਵੀ ਪਹਿਲਾਂ ਸਾਡੇ 2-2.5 ਮਹੀਨੇ ਹੋ ਗਏ 9000 ਦੀ ਅਗਵਾਈ ਦੇ ਵਿੱਚ, ਉਦੋਂ ਸਾਡਾ ਦਿੱਲੀ ਵੀ ਇਕੱਠ ਹੋਇਆ ਸੀ, ਜਿੰਨੀਆਂ ਇੰਡੀਆ ਦਾ ਕਿਸਾਨ ਯੂਨੀਅਨ ਸਾਰੀਆਂ ਦਾ, ਉੱਥੇ ਸਰਕਾਰ ਨੇ ਕੋਈ ਸਾਡੀਆਂ ਮੰਗਾਂ ਮੰਨੀਆਂ, ਬਾਅਦ 'ਚੋਂ ਮੁੱਕਰ ਗਏ ਉਹਦੇ 90,000 ਜਿਹੜੇ ਐਲਾਨ ਕੀਤਾ ਸੀ ਵੀ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ, ਅਸੀਂ 1 ਜੂਨ ਤੋਂ ਲੈ ਕੇ 10 ਜੂਨ ਤੱਕ ਸ਼ਹਿਰਾਂ ਦਾ ਸਬਜ਼ੀ ਅਤੇ ਦੁੱਧ ਬੰਦ ਕਰਾਂਗੇ ਰੋਸ ਦੇ ਵਿੱਚੋਂ, ਉਹ ਨਹੀਂ ਮੰਨੀਆਂ ਗਿਆ, ਉਸੇ ਅੰਗੇਸ਼ਟੀ ਕਰ ਰਹੇ ਹਾਂ। ਬਾਕੀ ਸਾਡਾ ਵਿਚਾਰ ਇਹ ਆ ਵੀ ਜਿਹੜਾ ਪਹਿਲਾਂ ਕੰਮ ਚੱਲਦਾ ਸੀ, ਅਸੀਂ ਪਿੰਡ 'ਚੋਂ ਸਮਾਨ ਲੈ ਕੇ ਇੱਥੇ ਲਿਆ ਕੇ ਸੁੱਟਣ ਆਉਂਦੇ ਸਾਂ, ਇਹੀ ਸ਼ਹਿਰ ਵਾਲੇ ਲੋਕ ਜਾ ਕੇ ਸਾਡੇ ਕੋਲ ਪਿੰਡ ਤੋਂ ਲੈ ਕੇ ਆਉਣ, ਸਾਨੂੰ ਫਿਰ ਸਾਡੀ ਸੰਤੁਸ਼ਟੀ ਹੁੰਦੀ ਹੈ। ਬਾਕੀ ਸਾਡੇ ਜਿਣਸਾਂ ਦੇ ਭਾਅ ਨੇ, ਉਹ ਸਵਾਮੀਨਾਥਨ ਜੀ ਦੀ ਰਿਪੋਰਟ ਹੈ, ਪਹਿਲਾਂ ਸਰਕਾਰਾਂ ਨੇ ਰਿਪੋਰਟ ਉਹ ਬਿਠਾਈ, ਕਮਿਸ਼ਨ ਦੀ ਰਿਪੋਰਟ ਆ ਗਈ, ਹੁਣ ਜਾ ਕੇ ਸੁਪਰੀਮ ਕੋਰਟ 'ਚ ਮੋਦੀ ਸਾਹਿਬ ਨੇ ਕਹਿ ਤਾ ਵੀ ਅਸੀਂ ਦੇ ਨਹੀਂ ਸਕਦੇ, ਕੀ ਗੱਲ ਹੋਰ ਮੁਲਾਜ਼ਮ ਸਰਕਾਰਾਂ ਜੋ ਕਾਰਪੋਰੇਟ, ਇਹ ਤਾਂ ਸਬਜ਼ੀ ਵਾਲੇ ਅੰਦਰ ਲੈ ਕੇ ਆਉਂਦੇ ਨੇ, ਅਸੀਂ ਬਾਹਰੋਂ ਡੱਕਦੇ ਹਾਂ, ਉਹ ਚੋਰ ਲੈ ਕੇ ਭੱਜ ਕੇ ਆਇਆ, ਅਸੀਂ ਉਹਦਾ ਪਿੱਛਾ ਕੀਤਾ, ਉਹਨੂੰ ਕਿਹਾ ਸਬਜ਼ੀ ਵਾਪਸ ਲੈ ਜਾ, ਇਹ ਉਹਨਾਂ ਨੇ ਪੁਲਿਸ ਬੁਲਾ ਲਈ, ਇਹਦੇ ਵਿੱਚ ਪੁਲਿਸ ਦਾ ਤਾਂ ਕੰਮ ਹੀ ਕੋਈ ਨਹੀਂ।
ਸਾਡਾ ਆਪਸ 'ਚ ਮਸਲਾ, ਉਹਨੂੰ ਆਖਿਆ ਵੀ ਆਪਦੀ ਸਬਜ਼ੀ ਵਾਪਸ ਲੈ ਜਾ, ਅਸੀਂ ਨਹੀਂ ਵੜਨ ਦੇਣੀ। 3 ਮਹੀਨੇ ਹੋ ਗਏ ਪਹਿਲਾਂ ਅਲਟੀਮੇਟਮ ਦਿੱਤਾ ਹੋਇਆ ਇਸ ਚੀਜ਼ ਦਾ, ਨਾ ਲੈ ਕੇ ਆਉਣ।